ਅਸੀਂ ਅੱਜ ਦੇਸ਼ ਪੰਜਾਬ ਮੋਰਚਾ ਜਿਹੜਾ ਹੈ ਉਹਦਾ ਐਲਾਨ ਕੀਤਾ। ਇਹ ਪੰਜਾਬ ਦੇਸ਼ ਪੰਜਾਬ ਮੋਰਚਾ ਦਾ ਇੱਕ ਮਾਡਲ ਅਸੀਂ ਪੰਜਾਬ ਦੇ ਲੋਕਾਂ ਵੱਲ ਅਤੇ ਪੰਜਾਬ ਦੀਆਂ ਅਗਾਂਹਵਧੂ ਜਿਹੜੀਆਂ ਜਥੇਬੰਦੀਆਂ ਨੇ ਜਾਂ ਰਾਜਨੀਤਿਕ ਲੋਕ ਨੇ ਜੋ ਸਾਡੇ ਇਸ ਪ੍ਰੋਗਰਾਮ ਨਾਲ ਸਹਿਮਤ ਹੋਣਗੇ ਉਹਨਾਂ ਵਿੱਚ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਜਾਵਾਂਗੇ। ਅਸੀਂ ਇਸ ਮਾਡਲ ਨੂੰ ਵਿਕਸਿਤ ਕਰਨ ਲਈ ਹਰ ਇੱਕ ਨਾਲ ਪਹੁੰਚ ਕਰਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਜਿਹੜਾ ਇਹ ਮੋਰਚਾ ਅਕਾਲੀ ਬੀਜੇਪੀ ਅਤੇ ਕਾਂਗਰਸ ਦਾ ਬਦਲ ਬਣ ਕੇ ਉਭਰੇਗਾ। ਅਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਲੋਕ ਪੰਜਾਬ ਦੇ ਭਲੇ ਲਈ ਚਾਹੁੰਦੇ ਨੇ, ਪੰਜਾਬ ਲਈ ਲੜਨਾ ਚਾਹੁੰਦੇ ਨੇ, ਪੰਜਾਬ ਦੇ ਦੇਸ਼ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਦੀ ਲੜਾਈ ਲੜਨ ਵਾਲੇ ਲੋਕਾਂ ਨੂੰ ਮੋਰਚੇ ਨਾਲ ਜੁੜ ਕੇ ਇੱਕ ਨਵਾਂ ਇਤਿਹਾਸ ਸਿਰਜਣ ਲਈ ਅਸੀਂ ਸੱਦਾ ਦਿੰਦੇ ਹਾਂ। ਜੇ ਅਸੀਂ ਖੰਨੇ ਤੋਂ ਜਿਹੜੀ ਪਹਿਲੀ ਕਾਨਫਰੰਸ ਹੈਗੀ ਕਰਕੇ ਐਲਾਨ ਕੀਤਾ। ਇਹ ਬਰੀਫ ਪ੍ਰੋਗਰਾਮ ਜਿਹੜਾ ਅਸੀਂ ਪ੍ਰੈਸ ਵਿੱਚ ਲੈ ਕੇ ਆਏ ਹਾਂ, ਜਿਹੜਾ ਇਹਦਾ ਅਗਲਾ ਪ੍ਰੋਗਰਾਮ ਹੈ ਉਹ ਅਸੀਂ ਜਲਦੀ ਪ੍ਰਿੰਟ ਕਰਾ ਕੇ ਪਬਲਿਕ ਦੇ ਵਿੱਚ ਪਹੁੰਚਾਂਗੇ। ਜੋ ਜੋ ਸਾਡੇ ਨਾਲ ਜਿਹੜੀਆਂ ਜਥੇਬੰਦੀਆਂ ਜਾਂ ਸਮਾਜਿਕ ਲੋਕ ਜਿਹੜੇ ਜੁੜਨਗੇ ਉਹਨਾਂ ਦੇ ਜੋ ਜੋ ਸੁਝਾਅ ਆਉਣਗੇ ਉਹਨਾਂ ਨੂੰ ਅਸੀਂ ਮੋਰਚੇ ਦੇ ਜਿਹੜੇ ਪ੍ਰੋਗਰਾਮ ਆ ਉਹ 'ਚ ਸ਼ਾਮਲ ਕਰਕੇ ਅੱਗੇ ਵਧਾਉਣਗੇ। ਮੋਰਚੇ ਦੀਆਂ ਪੂਰੇ ਪੰਜਾਬ ਦੀ ਮੀਟਿੰਗ ਪੂਰੇ ਪੰਜਾਬ ਕੀ ਅਸੀਂ ਡੋਰ ਟੂ ਡੋਰ ਬਲਕਿ ਘਰ ਘਰ ਤੱਕ ਇਸ ਮੋਰਚੇ ਦੀ ਜਿਹੜੀ ਵਿਚਾਰਧਾਰਾ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਪੰਜਾਬ ਨੂੰ ਬੁਲੰਦੀਆਂ 'ਤੇ ਲਿਜਾਣ ਦੀ ਖਾਤਰ ਪੰਜਾਬ ਦਾ ਜਿਹੜਾ ਸੱਤਿਆਨਾਸ਼ ਅਕਾਲੀ ਬੀਜੇਪੀ ਅਤੇ ਕਾਂਗਰਸ ਨੇ ਕੀਤਾ, ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਇਹ ਸੰਘਰਸ਼ ਕਰਾਂਗੇ। ਹਾਂਜੀ ਹਾਂਜੀ, ਮੈਂ ਹਰਵੰਸ਼ ਸਿੰਘ ਮਾਂਗਟ, ਦੇਸ਼ ਪੰਜਾਬ ਮੋਰਚੇ ਦਾ ਕਨਵੀਨਰ। ਦੇਸ਼ ਪੰਜਾਬ ਮੋਰਚੇ ਦਾ ਅਸੀਂ ਗਠਨ ਦਾ ਅੱਜ ਐਲਾਨ ਕਰ ਰਹੇ ਹਾਂ। ਇਹਦੇ ਪਿੱਛੇ ਭਾਵਨਾ ਕੀ ਹੈ, ਉਹ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਆਜ਼ਾਦੀ ਤੋਂ ਬਾਅਦ, ਖਾਸ ਕਰਕੇ ਜਦੋਂ ਤੋਂ ਕਾਂਗਰਸ ਲੋਕਾਂ ਦੇ ਮਨੋਂ ਤੋਂ ਲੈਣੀ ਸ਼ੁਰੂ ਹੋਈ ਹੈ, ਕਾਂਗਰਸ ਦੀਆਂ ਗਲਤ ਨੀਤੀਆਂ ਕਰਕੇ ਲੋਕ ਕੋਈ ਬਦਲ ਤਲਾਸ਼ ਕਰਨ ਦੀ ਦਿਸ਼ਾ ਵੱਲ ਵਧੇ ਨੇ, ਤਾਂ ਹੁਣ ਤੱਕ ਅਕਸਰ ਇਹ ਹੁੰਦਾ ਹੈ ਕਿ ਇੱਕ ਸਿਆਸਤਦਾਨ ਨੂੰ ਨਿੰਦ ਕੇ, ਇੱਕ ਪਾਰਟੀ ਨੂੰ ਨਿੰਦ ਕੇ ਦੂਜਾ ਸਿਆਸਤਦਾਨ ਅੱਗੇ ਆ ਗਿਆ, ਦੂਜੀ ਪਾਰਟੀ ਅੱਗੇ ਆ ਗਈ, ਪਰ ਨੀਤੀਆਂ ਦੇ ਸਵਾਲ ਦੇ ਉੱਤੇ ਚੋਣਾਂ ਦੌਰਾਨ, ਇਲੈਕਸ਼ਨ ਦੌਰਾਨ ਕਦੇ ਕੋਈ ਬਹਿਸ ਨਹੀਂ ਹੁੰਦੀ, ਪਾਰਟੀਆਂ ਦੇ ਪ੍ਰੋਗਰਾਮ ਕਦੇ ਕਿਸੇ ਚਰਚਾ ਦਾ ਵਿਸ਼ਾ ਨਹੀਂ ਬਣਦੇ। ਜਿਹਦਾ ਸਿੱਟਾ ਕੀ ਨਿਕਲਦਾ ਹੈ ਕਿ ਕਾਂਗਰਸ ਨੂੰ ਹਟਾ ਕੇ ਬੀਜੇਪੀ ਆ ਗਈ, ਪੰਜਾਬ 'ਚ ਕਾਂਗਰਸ ਨੂੰ ਹਟਾ ਕੇ ਅਕਾਲੀ ਦਲ ਆ ਗਿਆ, ਅਕਾਲੀ ਦਲ ਨੂੰ ਹਟਾ ਕੇ ਕਾਂਗਰਸ ਆ ਗਈ, ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਨੀਤੀਆਂ ਔਰ ਪ੍ਰੋਗਰਾਮ 'ਚ, ਸਰਕਾਰ ਦੀਆਂ ਪਾਲਸੀਆਂ 'ਚ ਕੋਈ ਫਰਕ ਨਹੀਂ ਪੈਂਦਾ, ਸਿਰਫ ਬੰਦੇ ਬਦਲ ਜਾਂਦੇ ਨੇ, ਪਾਰਟੀਆਂ ਬਦਲ ਜਾਂਦੀਆਂ ਨੇ। ਅਸੀਂ ਦੇਸ਼ ਪੰਜਾਬ ਮੋਰਚੇ ਵੱਲੋਂ ਆਉਣ ਵਾਲੀਆਂ ਜਿਹੜੀਆਂ ਪੰਜਾਬ ਅਸੈਂਬਲੀ ਦੀਆਂ 2022 ਦੀਆਂ ਚੋਣਾਂ ਨੇ, ਉਹਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਾਂਗਰਸ ਦਾ ਅਤੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦਾ ਜਿਹੜਾ ਕੋਈ ਬਦਲ ਪੰਜਾਬ 'ਚ ਉਸਰੇ, ਕਿਉਂਕਿ ਇਹਨਾਂ ਦੋਹਾਂ ਦੀਆਂ ਸਰਕਾਰਾਂ ਨੂੰ ਪੰਜਾਬ ਦੇ ਲੋਕਾਂ ਨੇ ਬੜਾ ਲੰਬਾ ਸਮਾਂ ਤੋਂ ਦੇਖ ਲਿਆ ਹੋਇਆ, ਇਹਨਾਂ 'ਚ ਕੋਈ ਅੰਤਰ ਨਹੀਂ, ਉਹੀ ਕੁਛ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਾਲੇ ਕਰਦੇ ਨੇ, ਉਹੀ ਕੁਛ ਕਾਂਗਰਸ ਕਰਦੀ ਹੈ। ਨਵਾਂ ਇੱਕ ਬਦਲ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ, ਪਰ ਉਹ ਜਿਹੜਾ ਨਵਾਂ ਬਦਲ ਹੈ ਉਹ ਵਿਅਕਤੀਆਂ ਦੁਆਲੇ ਨਾ ਉਸਰੇ, ਉਹ ਉਸਰੇ ਪੰਜਾਬ ਦੇ ਲੋਕਾਂ ਨੂੰ ਕਿਸ ਪ੍ਰੋਗਰਾਮ ਦੀ ਲੋੜ ਹੈ, ਪੰਜਾਬ ਦੇ ਲੋਕਾਂ ਨੂੰ ਕਿਹਨਾਂ ਨੀਤੀਆਂ ਦੀ ਲੋੜ ਹੈ, ਉਹਨਾਂ ਨੀਤੀਆਂ ਉਹਨਾਂ ਪ੍ਰੋਗਰਾਮਾਂ ਦੇ ਦੁਆਲੇ ਉਸਰੇ। ਤਾਂ ਇਸ ਲਿਹਾਜ਼ ਨਾਲ ਅਸੀਂ ਇੱਕ ਬਰੀਫ ਪ੍ਰੋਗਰਾਮ ਸਾਹਮਣੇ ਰੱਖਿਆ, ਜਿਹਦੇ ਸਭ ਤੋਂ ਪਹਿਲਾਂ ਇਸ ਮੋਰਚੇ ਦੀ ਵਿਚਾਰਧਾਰਾ ਦਾ ਸਵਾਲ ਹੈ। ਅਸੀਂ ਪੰਜਾਬ ਨੂੰ ਖੁਦ ਮੁਖਤਿਆਰ,
ਜਮਹੂਰੀ ਅਤੇ ਸਮਾਜਵਾਦੀ ਪੰਜਾਬ ਬਣਾਉਣ ਦਾ ਟੀਚਾ ਰੱਖਦੇ ਹਾਂ। ਇਹਦੇ ਵਾਸਤੇ ਸਾਡੀ ਅਗਵਾਈ ਗੁਰੂ ਨਾਨਕ ਸਾਹਿਬ ਦਾ ਕਿਰਤ ਕਰੋ ਅਤੇ ਵੰਡ ਛਕੋ ਦਾ ਸਿਧਾਂਤ ਅਤੇ ਕਾਰਲ ਮਾਰਕਸ ਦਾ ਸਮਾਜਵਾਦ ਦਾ ਸਿਧਾਂਤ, ਦੋਵੇਂ ਸਾਂਝੇ ਸਿਧਾਂਤਾਂ ਤੋਂ ਅਸੀਂ ਆਪਣੀ ਵਿਚਾਰਧਾਰਕ ਅਗਵਾਈ ਲਵਾਂਗੇ। ਅਸੀਂ ਸਮਾਜਿਕ ਵਿਤਕਰੇ ਨੂੰ ਖਤਮ ਕਰਨ ਦੇ ਹੱਕ 'ਚ ਹਾਂ। ਸਾਡੇ ਸਮਾਜ ਦੇ ਵਿੱਚ ਜਾਤ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ, ਜਮਾਤਾਂ ਦੇ ਆਧਾਰ 'ਤੇ ਵਿਤਕਰਾ ਹੁੰਦਾ। ਅੱਜ ਤੁਸੀਂ ਦੇਖੋਗੇ ਕਿ ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਔਰ ਅਮੀਰਾਂ ਦੇ ਬੱਚਿਆਂ ਲਈ ਆਲੀਸ਼ਾਨ ਸ਼ਾਨਦਾਰ ਸਕੂਲ ਕਾਲਜ ਨੇ। ਇਸੇ ਤਰ੍ਹਾਂ ਗਰੀਬਾਂ ਦੇ ਇਲਾਜ ਵਾਸਤੇ ਸਰਕਾਰੀ ਹਸਪਤਾਲ ਨੇ ਜਿੱਥੇ ਦਵਾਈਆਂ ਅਤੇ ਸਟਾਫ ਪੂਰਾ ਨਹੀਂ, ਪਰ ਅਮੀਰਾਂ ਦੇ ਇਲਾਜ ਵਾਸਤੇ ਏਅਰ ਕੰਡੀਸ਼ਨਡ ਹੀਟਰਾਂ ਨਾਲ ਲੈਸ ਟੋਪ ਟੋਪ ਦੇ ਹਸਪਤਾਲ ਨੇ। ਅਸੀਂ ਇਸ ਸਮਾਜਿਕ ਵਿਤਕਰੇ ਨੂੰ ਸਭ ਤੋਂ ਪਹਿਲਾ ਏਜੰਡਾ ਬਣਾਉਣਾ ਚਾਹੁੰਦੇ ਹਾਂ ਕਿ ਜਿਹੜਾ ਵੀ ਰਾਜਨੀਤਿਕ ਬਦਲ ਪੰਜਾਬ ਦੇ ਲੋਕਾਂ ਨੂੰ ਅਸੀਂ ਦੇਣਾ ਹੈ ਉਹ ਇਸ ਵਿਤਕਰੇ ਦੇ ਖਿਲਾਫ ਹੋਵੇ। ਇਹਦੇ ਲਈ ਅਸੀਂ ਇਹ ਮਤਲਬ ਸਾਡਾ ਪ੍ਰੋਗਰਾਮ ਹੈ ਕਿ ਪੰਜਾਬ ਦੇ ਵਿੱਚ ਹਰ ਇੱਕ ਬੱਚੇ ਨੂੰ ਮੁਫਤ ਵਿੱਦਿਆ ਮਿਲੂ, ਪ੍ਰਾਇਮਰੀ ਤੋਂ ਲੈ ਕੇ ਉੱਚ ਸਿੱਖਿਆ ਤੱਕ, ਔਰ ਸਾਰਿਆਂ ਨੂੰ ਇੱਕੋ ਜਿਹੀਆਂ ਵਿੱਦਿਅਕ ਸੰਸਥਾਵਾਂ ਮਿਲਣਗੀਆਂ, ਇੱਕੋ ਜਿਹੇ ਮੌਕੇ ਮਿਲਣਗੇ। ਇਸੇ ਤਰ੍ਹਾਂ ਬਿਮਾਰ ਨਾਗਰਿਕ ਜਿਹਨਾਂ ਇਲਾਜ ਕਰਾਉਣਾ ਉਹਨੂੰ ਸਾਰਿਆਂ ਨੂੰ ਮੁਫਤ ਇਲਾਜ ਮਿਲੂ ਔਰ ਸਾਰਿਆਂ ਨੂੰ ਇੱਕੋ ਜਿਹੀ ਸਿਹਤ ਸਹੂਲਤਾਂ ਸਿਹਤ ਸੰਸਥਾਵਾਂ ਹਸਪਤਾਲ ਮਿਲਣਗੇ। ਇਸ ਤੋਂ ਅੱਗੇ ਰਾਜਨੀਤਿਕ ਪ੍ਰੋਗਰਾਮ ਜਿੱਥੋਂ ਤੱਕ ਸਾਡਾ, ਅਸੀਂ ਸਮਝਦੇ ਹਾਂ ਵੀ ਪੰਜਾਬ ਨੂੰ ਜਦੋਂ ਤੱਕ, ਕੌਮਾਂ ਨੂੰ ਜਦੋਂ ਤੱਕ ਖੁਦ ਮੁਖਤਿਆਰੀ ਨਹੀਂ ਮਿਲਦੀ ਉਦੋਂ ਤੱਕ ਕੌਮਾਂ ਵਿਕਾਸ ਕਰ ਨਹੀਂ ਸਕਦੀਆਂ। ਪੰਜਾਬੀ ਕੌਮ ਨੂੰ ਖੁਦ ਮੁਖਤਿਆਰ ਬਣਾਉਣਾ, ਪੰਜਾਬੀ ਕੌਮ ਪਾਟੋ ਧਾੜ ਵੀ ਹੋਈ ਹੋਈ ਹੈ। 1947 ਦੇ ਵਿੱਚ ਜਿਹੜਾ ਧਰਮ ਦੇ ਆਧਾਰ 'ਤੇ ਕੌਮ ਦਾ ਸਿਧਾਂਤ ਜਨਾਹ ਅਤੇ ਨਹਿਰੂ ਹੋਣਾ ਨੇ ਫਲੋਟ ਕੀਤਾ, ਇਹਨੇ ਸਾਡੀ ਪੰਜਾਬੀ ਕੌਮ ਦਾ ਸਭ ਤੋਂ ਵੱਧ ਨੁਕਸਾਨ ਕੀਤਾ, ਇਹਨੂੰ ਪਾੜ ਕੇ ਦੋ ਹਿੱਸਿਆਂ 'ਚ ਵੰਡਤਾ। ਬੰਗਾਲੀਆਂ ਨਾਲ ਵੀ ਇਸੇ ਤਰ੍ਹਾਂ ਕੀਤਾ। ਪੰਜਾਬੀ ਕੌਮ ਅੱਜ ਪਾਟੋ ਧਾੜ ਵੀ ਹੈ ਔਰ ਖੁਦ ਮੁਖਤਿਆਰ ਵੀ ਨਹੀਂ। ਅਸੀਂ ਪੰਜਾਬੀ ਕੌਮ ਦੀ ਏਕਤਾ ਨੂੰ ਅਤੇ ਇਹਦੀ ਖੁਦ ਮੁਖਤਿਆਰੀ ਨੂੰ ਬੁਲੰਦ ਕਰਦੇ ਹਾਂ। ਪੰਜਾਬ ਦਾ ਜਿਹੜਾ ਵਾਹਗਾ ਬਾਰਡਰ ਹੈ ਇਹਨੂੰ ਕੌਮਾਂਤਰੀ ਵਪਾਰ ਵਾਸਤੇ ਖੋਲ੍ਹਣ ਦੀ ਮੰਗ ਕਰਦੇ ਹਾਂ, ਇਹਦੇ ਵਾਸਤੇ ਕੰਮ ਕਰਾਂਗੇ, ਕਿਉਂਕਿ ਜਦੋਂ ਤੱਕ ਪੰਜਾਬ ਕੌਮਾਂਤਰੀ ਵਪਾਰ 'ਚ ਨਹੀਂ ਪੈਂਦਾ ਉਦੋਂ ਤੱਕ ਪੰਜਾਬ ਦੀ ਤਰੱਕੀ ਹੋ ਨਹੀਂ ਸਕਦੀ ਅਤੇ ਪੰਜਾਬ ਦਾ ਕੌਮਾਂਤਰੀ ਵਪਾਰ ਵਾਹਗਾ ਬਾਰਡਰ ਤੋਂ ਬਿਨਾਂ ਹੋ ਨਹੀਂ ਸਕਦਾ। ਇਸੇ ਤਰ੍ਹਾਂ ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚੋਂ ਬਾਹਰ ਰੱਖੇ ਗਏ ਹੈ, ਅਸੀਂ ਉਹਦੇ ਹੱਕ 'ਚ ਹਾਂ ਕਿ ਪੰਜਾਬੀ ਬੋਲਦੇ ਇਲਾਕੇ ਨੂੰ ਪੰਜਾਬ 'ਚ ਸ਼ਾਮਲ ਕੀਤਾ ਜਾਵੇ। ਪੰਜਾਬ ਦੇ ਜਿਹੜੇ ਕੁਦਰਤੀ ਸਰੋਤ ਨੇ ਪਾਣੀ, ਪੰਜਾਬ ਦੇ ਦਰਿਆਵਾਂ 'ਤੇ ਉਪਸਰੇ ਹੈੱਡਵਰਸ ਔਰ ਉਹਨਾਂ ਹੈੱਡਵਰਸ ਤੋਂ ਬਣਦੀ ਬਿਜਲੀ, ਇਹਦੀ ਮਾਲਕੀ ਤੋਂ ਪੰਜਾਬ ਨੂੰ ਵਾਂਝਾ ਰੱਖਿਆ ਹੋਇਆ। ਅਸੀਂ ਇਹਨਾਂ ਸਰੋਤਾਂ ਦੇ, ਕੁਦਰਤੀ ਸਰੋਤ ਨੇ ਪੰਜਾਬੀਆਂ ਦੇ, ਇਹਨਾਂ ਉੱਤੇ ਪੰਜਾਬੀਆਂ ਦੀ ਮਾਲਕੀ ਦੇ ਹੱਕ 'ਚ। ਇਸ ਤੋਂ ਅਗਲਾ ਜਿਹੜਾ ਸਾਡਾ ਆਰਥਿਕ ਪ੍ਰੋਗਰਾਮ ਹੈ, ਆਰਥਿਕ ਪ੍ਰੋਗਰਾਮ ਜਦੋਂ ਤੱਕ ਜਿਹੜੀਆਂ ਨੀਤੀਆਂ ਪਿਛਲੇ ਸਮੇਂ 'ਚ ਕਾਂਗਰਸ ਨੇ ਔਰ ਅਕਾਲੀ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੇ ਲਾਗੂ ਕੀਤੀਆਂ ਨੇ, ਜਿਹਨਾਂ ਨੀਤੀਆਂ ਦਾ ਸਾਰ ਤੱਤ ਇਹ ਹੈ ਕਿ ਪਬਲਿਕ ਸੈਕਟਰ ਨੂੰ ਕਮਜ਼ੋਰ ਕਰ ਦਿਓ ਔਰ ਪ੍ਰਾਈਵੇਟ ਵਪਾਰੀਆਂ ਧਨਾਡਾ ਨੂੰ ਖੁੱਲ੍ਹੀਆਂ ਛੁੱਟੀਆਂ ਦਿਓ, ਇਹਨਾਂ ਨੇ ਸਾਡੇ ਸਮਾਜ ਨੂੰ ਬਰਬਾਦੀ ਦੇ ਪਲ ਤੱਕਤਾ। ਪੰਜਾਬ ਦੀ ਆਰਥਿਕਤਾ ਖੇਤੀਬਾੜੀ, ਪਸ਼ੂ ਪਾਲਣ, ਜੰਗਲਾਤ, ਬਾਗਬਾਨੀ, ਇਹ ਸਾਡੇ ਪੰਜਾਬ ਦੀ ਆਰਥਿਕਤਾ ਦਾ ਰੀੜ੍ਹ ਦੀ ਹੱਡੀ ਹੈ ਔਰ ਇਹਨਾਂ ਨੂੰ ਬਿਨਾਂ ਸਰਕਾਰੀ ਸਹਾਇਤਾ ਤੋਂ ਨਾ ਤਾਂ ਜਿਉਂਦੇ ਰੱਖਿਆ ਜਾ ਸਕਦਾ ਔਰ ਨਾ ਹੀ ਇਹਨਾਂ ਨੂੰ ਵਿਕਸਿਤ ਕੀਤਾ ਜਾ ਸਕਦਾ। ਅਸੀਂ ਇਸ ਗੱਲ ਦੇ ਹੱਕ 'ਚ ਹਾਂ ਕਿ ਪੰਜਾਬ ਦੀ ਖੇਤੀਬਾੜੀ ਨੂੰ, ਪੰਜਾਬ ਦੇ ਪਸ਼ੂ ਪਾਲਣ ਨੂੰ, ਜੰਗਲਾਤ ਨੂੰ, ਬਾਗਬਾਨੀ ਨੂੰ ਖੁੱਲ੍ਹੀ ਸਰਕਾਰੀ ਸਹਾਇਤਾ ਦੇਵਾਂਗੇ ਤਾਂ ਕਿ ਇਹਨੂੰ ਵਿਕਸਿਤ ਕੀਤਾ ਜਾ ਸਕੇ, ਮਜ਼ਬੂਤ ਕੀਤਾ ਜਾ ਸਕੇ। ਖੇਤੀਬਾੜੀ 'ਤੇ ਆਧਾਰਿਤ ਸੰਤਾਂ ਉਸਾਰਨ ਦੇ ਅਸੀਂ ਹੱਕ 'ਚ ਹੈ ਤਾਂ ਕਿ ਨੌਜਵਾਨਾਂ ਨੂੰ ਉੱਥੇ ਰੁਜ਼ਗਾਰ ਮਿਲ ਸਕੇ। ਪਸ਼ੂ ਪਾਲਣ ਨੂੰ ਅਸੀਂ ਮਨਰੇਗਾ ਨਾਲ ਜੋੜਾਂਗੇ ਔਰ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੀ ਸਹਾਇਤਾ ਨਾਲ ਲੈਂਡ ਬੈਂਕ ਪੈਦਾ ਕਰਾਂਗੇ ਜਿਹਦੇ ਉੱਤੇ ਪਸ਼ੂ ਪਾਲਣ ਚਲਾਇਆ ਜਾ ਸਕੇ, ਪਸ਼ੂ ਪਾਲਣ ਨੂੰ ਵਿਕਸਿਤ ਕੀਤਾ ਜਾ ਸਕੇ।
5 ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹਨਾਂ ਦੇ ਨੂੰ ਅਸੀਂ ਮਨਰੇਗਾ 'ਚ ਲਿਆਵਾਂਗੇ ਤਾਂ ਕਿ ਉਹ ਕਿਸੇ ਸ਼ਾਹੂਕਾਰ ਦੇ ਮੂਹਰੇ ਨਾ ਰੁੜਨ, ਪੈਸੇ ਲਈ ਆਪਣੇ ਲੋੜਾਂ ਪੂਰੀਆਂ ਕਰਨ ਲਈ ਕਰਜ਼ਾ ਚੱਕ ਚੱਕ ਕੇ ਖੁਦਕੁਸ਼ੀਆਂ ਨਾ ਕਰਨ, ਉਹਨਾਂ ਨੂੰ ਮਨਰੇਗਾ ਨਾਲ ਜੋੜਾਂਗੇ। ਨੌਜਵਾਨਾਂ ਨੂੰ, ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਸਤੇ ਜਿਹੜਾ ਇਹਨਾਂ ਪਿਛਲੀ ਦੋਵਾਂ ਹੀ ਗਠਜੋੜਾਂ ਦੀਆਂ ਸਰਕਾਰਾਂ ਨੇ ਠੇਕੇਦਾਰੀ ਪ੍ਰਥਾ ਲਾਗੂ ਕੀਤੀ ਹੈ, ਇਸ ਪ੍ਰਥਾ ਨੂੰ ਖਤਮ ਕਰਾਂਗੇ। ਪਬਲਿਕ ਸੈਕਟਰ ਦੇ ਵਿੱਚ ਇਹਨਾਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀ ਦੇਵਾਂਗੇ। ਸੰਖੇਪ ਦੇ ਵਿੱਚ ਸਾਡਾ ਇਹ ਪ੍ਰੋਗਰਾਮ ਹੈ। ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜੇ ਵੀ ਜਥੇਬੰਦੀਆਂ ਪਾਰਟੀਆਂ ਹੋਰ ਲੋਕ ਸ਼ਾਮਿਲ ਹੋਣਗੇ ਇਹਦਾ ਹੋਰ ਵਿਸਥਾਰ ਕਰਾਂਗੇ ਪ੍ਰੋਗਰਾਮ 'ਚ। ਸੰਖੇਪ 'ਚ ਨੈਟ ਸ਼ੈਲ ਅੱਜ ਅਸੀਂ ਇਸ ਪ੍ਰੋਗਰਾਮ ਦਾ ਐਲਾਨ ਕਰਦੇ ਹਾਂ ਔਰ ਇਹਦੇ ਦੁਆਲੇ ਜਿਹੜੀਆਂ ਵੀ ਜਥੇਬੰਦੀਆਂ, ਚਾਹੇ ਉਹ ਜਨਤਕ ਜਥੇਬੰਦੀਆਂ ਨੇ, ਚਾਹੇ ਉਹ ਸਿਆਸੀ ਪਾਰਟੀ ਨੇ, ਜਿਹੜੇ ਵੀ ਵਿਅਕਤੀ ਇਸ ਪ੍ਰੋਗਰਾਮ ਨੂੰ ਮੰਨਦੇ ਨੇ, ਇਸ ਪ੍ਰੋਗਰਾਮ ਲਈ ਕੰਮ ਕਰਨਗੇ, ਉਹ ਇਹਦੇ ਮੈਂਬਰ ਹੋ ਸਕਦੇ ਨੇ। ਉਹ ਕਿਸੇ ਪਾਰਟੀ ਦੇ ਮੈਂਬਰ ਰਹਿਣ, ਕਿਸੇ ਜਥੇਬੰਦੀ ਦੇ ਮੈਂਬਰ ਰਹਿਣ, ਸਾਨੂੰ ਕੋਈ ਇਤਰਾਜ਼ ਨਹੀਂ। ਅਸੀਂ ਸਾਡੀ ਜਥੇਬੰਦੀ 'ਚ ਇਸ ਦੂਰੀ ਜਿਹੜੀ ਮੈਂਬਰਸ਼ਿਪ ਹੈ ਉਹਦਾ ਐਲਾਨ ਕਰਾਂਗੇ। ਪਰ ਇੱਕ ਧਿਆਨ ਰੱਖਾਂਗੇ, ਅਸੀਂ ਹੁਣ ਤੱਕ ਜਿਹੜੀ ਵੀ ਪਾਰਟੀ ਚੋਣਾਂ 'ਚ ਉਤਰਦੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਭਾਰਤੀ ਜਨਤਾ ਪਾਰਟੀ ਹੈ, ਚਾਹੇ ਅਕਾਲੀ ਦਲ ਹੈ, ਇਹਨਾਂ ਦੇ ਵਿੱਚ ਪਰਿਵਾਰਵਾਦ ਹੈ। ਪਰਿਵਾਰਵਾਦ ਤੋਂ ਬਿਨਾਂ ਇੱਕ ਪ੍ਰਧਾਨਗੀ ਕਲਚਰ ਹੈ, ਹਾਈ ਕਮਾਂਡ ਕਲਚਰ ਹੈ। ਕਿਸੇ ਅਸੈਂਬਲੀ ਹਲਕੇ 'ਚ, ਕਿਸੇ ਪਾਰਲੀਮੈਂਟਰੀ ਹਲਕੇ 'ਚ ਟਿਕਟ ਕਿਹਨੂੰ ਦੇਣੀ ਹੈ, ਕੌਣ ਚੋਣ ਲੜੂਗਾ, ਇਹ ਹਾਈ ਕਮਾਂਡ ਤੈਅ ਕਰਦੀ ਹੈ। ਅਸੀਂ ਇਸ ਹਾਈ ਕਮਾਂਡ ਕਲਚਰ ਨੂੰ ਖਤਮ ਕਰਕੇ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਣਗੇ, 2022 ਦੀਆਂ ਚੋਣਾਂ ਤੋਂ ਤਕਰੀਬਨ 6 ਮਹੀਨੇ ਪਹਿਲਾਂ ਅਸੀਂ ਅਸੈਂਬਲੀ ਹਲਕਾ ਦੇ ਵਿੱਚੋਂ ਟਿਕਟਾਂ ਲਈ ਉਮੀਦਵਾਰਾਂ ਦੀਆਂ ਮੰਗਾਂਗੇ ਐਪਲੀਕੇਸ਼ਨਾਂ, ਔਰ ਪਹਿਲਾਂ ਸਾਡੇ ਵਰਕਰਾਂ 'ਚ ਉਹਨਾਂ ਉਮੀਦਵਾਰਾਂ ਦੀ ਚੋਣ ਕਰਾਵਾਂਗੇ। ਜਿਹੜੇ ਉਮੀਦਵਾਰਾਂ ਨੂੰ ਸਾਡੇ ਵਰਕਰ, ਸਾਡੇ ਮੈਂਬਰ ਚੁਣ ਕੇ ਮੌਕਾ ਦੇਣਗੇ, ਅਸੀਂ ਉਹਨਾਂ ਨੂੰ ਟਿਕਟ ਦੇਵਾਂਗੇ। ਸਾਡੀ ਹਾਈ ਕਮਾਂਡ ਕੋਲ ਕੋਈ ਪਾਵਰ ਨਹੀਂ ਹੋਊਗੀ ਕਿਸੇ ਨੂੰ ਟਿਕਟ ਦੇਣ ਦੀ। ਇਹ ਸਾਡਾ ਮਤਲਬ ਦੂਜੀਆਂ ਪਾਰਟੀਆਂ ਨਾਲੋਂ ਇੱਕ ਵੱਖਰਾ ਪੁਆਇੰਟ ਹੋਊਗਾ। ਇੰਨਾ ਸਾਡਾ ਸੰਕਮਲ ਹੈ ਬਰੀਫਲੀ, ਬਾਕੀ ਧੰਨਵਾਦ। ਇਹਦੇ ਰੂਪ 'ਚ ਦੇਖੋ, ਇਹ ਇੱਕ ਪਾਰਟੀ ਨਹੀਂ, ਇੱਕ ਰਾਜਨੀਤਿਕ ਪਾਰਟੀ ਨਹੀਂ, ਇੱਕ ਰਾਜਨੀਤਿਕ ਅੰਦੋਲਨ ਹੈ। ਦੇਖੋ ਸਿਚੁਏਸ਼ਨ ਡਿਵੈਲਪ ਕਰਦੀ ਹੈ, ਸਿਚੁਏਸ਼ਨ ਜੇ ਇੱਥੇ ਤੱਕ ਡਿਵੈਲਪ ਕਰ ਜਾਂਦੀ ਹੈ ਵੀ ਇਸ ਮੋਰਚੇ ਨੂੰ ਐਕਸੈਪਟ ਕਰ ਲਿਆ ਜਾਂਦਾ ਸਾਰਿਆਂ ਵੱਲੋਂ, ਜਾਂ ਪੰਜਾਬ ਦੇ ਲੋਕਾਂ ਵੱਲੋਂ ਐਕਸੈਪਟ ਕਰ ਲਿਆ ਜਾਂਦਾ ਵੀ ਇੱਕ ਰਾਜਨੀਤਿਕ ਤਾਕਤ ਬਣ ਗਈ, ਫਿਰ ਇਹਨੂੰ ਰਜਿਸਟਰ ਕਰਾ ਕੇ ਇਹਦੇ ਬੈਨਰ ਥੱਲੇ ਚੋਣਾਂ ਲੜਾਂਗੇ। ਦੇਖੋ ਵਿਚਾਰਧਾਰਾ ਤਾਂ, ਵਿਚਾਰਧਾਰਾ ਤਾਂ ਕਾਂਗਰਸ ਵੀ ਕਹਿੰਦੀ ਹੈ ਸਮਾਜਵਾਦੀਆਂ। ਸਵਾਲ ਹੈ ਪ੍ਰੋਗਰਾਮ, ਸਵਾਲ ਹੈ ਪ੍ਰੋਗਰਾਮ, ਪ੍ਰੋਗਰਾਮ ਦੇ ਫਰਕ ਸਮਝੋ। ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲ ਵੀ ਨੇ, ਸਰਕਾਰੀ ਸਕੂਲ ਵੀ ਨੇ। ਜਿਹੜੇ ਲੋਕ ਕਹਿੰਦੇ ਨੇ ਵੀ ਅਸੀਂ ਸਮਾਜਵਾਦ ਲਈ ਲੜਨਾ ਹੈ, ਉਹਨਾਂ ਦੇ ਆਪਣੇ ਜਵਾਕ ਵਧੀਆ ਮਹਿੰਗੇ ਸਕੂਲਾਂ 'ਚ ਪੜ੍ਹਦੇ ਨੇ, ਮਜ਼ਦੂਰਾਂ ਦੇ ਨਾਲ ਨਹੀਂ ਪੜ੍ਹਾਉਂਦੇ ਉਹ ਬੱਚਿਆਂ ਨੂੰ। ਸਾਡੇ ਲਈ ਸਿਧਾਂਤ ਦਾ ਸਵਾਲ, ਪ੍ਰੈਕਟੀਕਲੀ ਕਰਨ ਦਾ ਸਵਾਲ।